ਮੈਂ ਸਵੇਰੇ 10 ਵਜੇ ਦੁਕਾਨ ਖੋਲੀ ਸੀ, 11:15 ਵਜੇ ਉਹ ਆਇਆ ਬੰਦਾ, ਤੇ ਉਹ ਆਣ ਕੇ ਕਹਿੰਦਾ ਵੀ ਮੈਨੂੰ ਮੁੰਦਰੀਆਂ ਦਿਖਾ। ਮੈਂ ਉਹਨੂੰ ਮੁੰਦਰੀਆਂ ਵਿਖਾਉਣ ਲੱਗਾ ਵਾਂ, ਉਹਨੇ ਇੱਕ ਮੁੰਦਰੀ ਵੇਚਾ ਪਾ ਕੇ ਵੇਚਿਆ ਸੋਨੇ ਦੀ, ਅਤੇ ਬਾਅਦ 'ਚ ਮੈਨੂੰ ਕਹਿੰਦਾ ਦੂਜੀਆਂ ਮੁੰਦਰੀਆਂ ਖਾਓ। ਮੈਂ ਪਹਿਲਾਂ ਆਪਣਾ ਮੁੰਦਰੀ ਲਾ ਲਏ, ਮੈਂ ਡੱਬਾ ਕੱਢਿਆ ਅਤੇ ਡੱਬੇ ਦਾ ਹੋਰ ਕੱਢਣ ਲੱਗਾ ਅਤੇ ਉਹਨੇ ਮੈਂ ਡੱਬੇ ਨੂੰ ਹੱਥ ਪਾਇਆ, ਪਰ ਡੱਬਾ ਮੈਂ ਥੱਲੇ ਸੁੱਟ ਲਿਆ। ਇੰਨੇ ਜਿਹਨੂੰ ਖੱਪ ਪਾ ਤੀ, ਮੈਂ ਲਾ ਕੇ ਸਾਰੇ ਬਾਜ਼ਾਰ ਪਹੁੰਚ ਗਿਆ। ਜਦੋਂ ਫੜਿਆ ਚੱਲਿਆ ਉਹਨੇ ਰਿਵਾਲਵਰ ਕੱਢ ਲਿਆ ਆਣ ਕੇ, ਲੋਕ ਸਾਰੇ ਪਿੱਛੇ ਹੜ ਕੇ ਭੱਜ ਗਿਆ। ਹਾਂਜੀ 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 ਹਥਿਆਰ ਹੈਗਾ ਸੀ ਉਦੋਂ ਕੋਲ ਜੀ, ਪਿਸਟਲ ਲਿਆ ਉਦੋਂ ਕੋਲ, ਫੋਟੋਆਂ ਵੀ ਗਈਆਂ ਬਾਅਦ ਸੀਸੀਟੀਵੀ। ਉਸ ਨਹੀਂ ਨਹੀਂ ਬਾਹਰ ਲੱਗਿਆ ਜੀ, ਉੱਥੇ ਖੋਲਿਆ ਜੈਨ ਸਮੁੰਦਰੀ ਲੱਗਿਆ ਜੀ। ਤੁਸੀਂ ਦੇਖਿਆ ਕਿ ਉਹਨਾਂ ਦੇ ਵੱਲੋਂ ਕਿਹਾ ਯਾਰ ਕਿ ਜੈਨ ਸਮੁੰਦਰੀ ਜੋ ਕਿ ਇੱਥੇ ਲੈਣ ਦੇ ਲਈ ਪਹੁੰਚਿਆ ਹੋਇਆ ਤਾਂ ਫਿਲਹਾਲ ਉਹ ਮੁੰਦਰੀ ਲੈ ਕੇ ਇੱਥੋਂ ਫਰਾਰ ਹੋ ਚੁੱਕਾ। ਤਾਂ ਦੁਕਾਨਦਾਰ ਦੇ ਵੱਲੋਂ ਸਾਰੀ ਗੱਲਬਾਤ ਦੱਸੀ ਗਈ ਹੈ ਕਿ ਕਿੰਨੇ ਵਜੇ ਦੀ ਘਟਨਾ ਹੈ, ਤਾਂ ਅਸੀਂ ਲਗਾਤਾਰ ਗੱਲਬਾਤ ਜਾਰੀ ਰੱਖਦੇ ਹਾਂ। ਤਾਂ ਸਰ ਕੀ ਕਹਿਣਾ ਚਾਹੁੰਦੇ ਹੋ, ਕਿੰਨੀ ਕੁ ਮਾੜੀ ਘਟਨਾ, ਕਿਉਂਕਿ ਦਿਨ ਦਿਹਾੜੇ ਇਹ ਕੰਮ ਹੋ ਜਾਣਾ ਵਗਦਾ ਬਾਜ਼ਾਰ ਹੈ, ਦਰਬਾਰ ਸਾਹਿਬ ਦਾ ਇਲਾਕਾ, ਇੰਨੇ ਸ਼ਰਧਾਲੂ ਆ ਰਹੇ ਨੇ ਅਤੇ ਵਾਰਦਾਤ ਕਰਕੇ ਚਲੇ ਗਿਆ ਸਾਰੇ, ਹਜ਼ਾਰਾਂ ਬੰਦੇ ਤੁਰੇ ਫਿਰਦੇ ਨੇ, ਅਤੇ ਫਿਰ ਗੱਲ ਹੀ ਨਹੀਂ ਕੋਈ ਨਹੀਂ ਜੀ, ਅਤੇ ਸੁਣਾਈ ਨਹੀਂ ਕੀ ਕਿਸੇ ਦੀ। ਪੁਲਿਸ ਆਈ ਹੈ, ਉਹਨੇ ਲੈ ਗਈ ਹੈ ਸਾਰੇ, ਪੁੱਛ ਪੁੱਛ ਕੇ ਲੱਗਦਾ ਕੇਸ ਕੀਤਾ, ਕਹਿੰਦੇ ਕਰਦੇ ਆ, ਲੱਭਦੇ ਪਏ ਆ, ਹੁਣ ਗਾਂ ਵੇਖੋ ਕੀ ਬਣਦੀ ਗੱਲਬਾਤ। ਜਦੋਂ ਤੁਸੀਂ ਉਸ ਨੌਜਵਾਨ ਦੇ ਮਗਰ ਭੱਜਿਆ ਕਿ ਉਹ ਨੌਜਵਾਨ ਫੜਿਆ ਨਹੀਂ ਗਿਆ? ਨਾ ਜੀ ਨਾ ਜੀ, ਉਹ ਲੋਕਾਂ ਨੇ ਫੜਨ ਦੀ ਕੋਸ਼ਿਸ਼ ਕੀਤੀ ਉਹਨੇ, ਪਰ ਉਹਨੇ ਆਪਣਾ ਰਿਵਾਲਵਰ ਕਰ ਲਿਆ ਉਹਨੇ, ਉਹ ਰਿਵਾਲਵਰ ਜਦੋਂ ਕੱਢਿਆ ਲੋਕ ਸਾਰੇ ਪਿੱਛੇ ਹੋ ਗਏ, ਅਤੇ ਉਹ ਫਿਰ ਭੀੜ ਦੇ ਵਿੱਚ ਇੰਨਾ ਰਿਵਾਲਵਰ ਗਾਂ ਕਰ ਨਿਕਲ ਕੇ ਚੱਲ ਗਿਆ। ਤਾਂ ਉਹਦੇ ਨਾਲ ਹੋਰ ਕੋਈ ਵੀ ਨੌਜਵਾਨ ਸੀ ਜਾਂ ਫਿਰ ਉਹ ਇਕੱਲਾ ਨੌਜਵਾਨ ਇੱਥੇ ਪਹੁੰਚਿਆ? ਕੋਈ ਜਣਾ ਆਇਆ ਸੀ, ਅਤੇ ਉਹ ਅੱਗੋਂ ਤੋਂ ਪਤਾ ਨਹੀਂ ਗਾਂ ਪਿੱਛੇ ਖਲੋਤੀ, ਹੋਰ ਬੰਦੇ ਵੱਖਰੀ ਗੱਲ ਹੈ। ਸੀਸੀਟੀਵੀ ਦੇ ਵਿੱਚ ਜਿਹੜਾ ਨੌਜਵਾਨ ਦਿਖਾਈ ਦੇ ਰਿਹਾ, ਉਹਦੇ ਮਗਰ ਕਿੰਨੇ ਜਣੇ ਭੱਜਦੇ ਹੋਏ ਦਿਖਾਈ ਦੇ ਰਹੇ ਨੇ? ਉਹਦੇ ਇਹ ਆਪਣੇ ਮਹੱਲੇ ਦੇ ਦੋ ਜਣੇ ਨੇ, ਉੱਥੇ ਚੌਂਕ 'ਚ ਵੀ ਭੇਜੇ ਆ ਬੰਦੇ, ਪਰ ਫੜ ਲਿਆ ਸੀ ਉਹਨੂੰ ਕਿਸਮ ਦੀ, ਪਰ ਉਹਨੇ ਰਿਵਾਲਵਰ ਵਾਲੇ ਲੋਕ ਪਿੱਛੇ ਹੋ ਗਏ, ਤਾਂ ਉਹ ਛੱਡ ਕੇ ਚੱਲ ਗਿਆ। ਤਾਂ ਕਾਫੀ ਵੱਡੀ ਮਾਰਕੀਟ ਹੈ ਜੀ ਤੁਹਾਡੀ ਬੈਕ ਸਾਈਡ ਤੇ ਜਿੱਥੋਂ ਨਿਕਲ ਕੇ ਗਿਆ, ਕੀ ਕਿਸੇ ਨੇ ਨਹੀਂ ਫੜਿਆ ਉਹਨੂੰ? ਨਹੀਂ ਭਾਜੀ ਫੜਿਆ ਨਹੀਂ, ਰਿਵਾਲਵਰ ਕੱਢ ਲਿਆ ਉਹਨੇ, ਉਹਦੇ ਕਰਨਾ ਕੀ, ਲੋਕ ਆਪਣੀ ਜਾਨ ਬਚਾਉਂਦੇ ਨੇ ਜੀ, ਇਹਦੇ 'ਚ ਹੋਰ ਇੱਥੇ ਨਹੀਂ ਕੱਢਿਆ ਕਿ ਰਿਵਾਲਵਰ ਨਹੀਂ ਤੇ ਮੈਨੂੰ ਉਹਨੂੰ ਮਾਰ ਦਿੱਤਾ ਫੜ ਕੇ। ਉਹ ਮੈਂ ਤਾਂ ਰਾਣਾ ਜੀ ਬਕਸਾ ਖੋਣਾ, ਜੇ ਇੱਥੇ ਮੇਰੇ ਕੋਲ ਫੜਿਆ ਜਾਂਦਾ ਤਾਂ ਉਹਨੇ ਰਿਵਾਲਵਰ ਕੱਢ ਲੈਣਾ ਸੀ। ਤਾਂ ਤੁਹਾਡੀ ਦੁਕਾਨ ਦਾ ਕਿੰਨਾ ਕੁ ਨੁਕਸਾਨ ਹੋਇਆ ਜੀ? ਇਹ ਕੋਈ ਹੁਣ ਤੇ ਕੋਈ 16-17 ਹਜ਼ਾਰ ਦਾ ਕਰੀਬ ਮੁੰਦਰੀ ਚਲੋ ਲੈ ਗਿਆ ਇੱਕ, ਬਾਕੀ ਮੇਰਾ ਡੱਬਾ ਵਜਰਾ ਮੁੰਦਰੀਆਂ ਤਾਂ ਉਹ ਬਚ ਗਿਆ। ਫਿਰ ਕੀ ਕਾਰਵਾਈ ਦੀ ਮੰਗ ਕਰਦੇ ਹੋ, ਕਿਉਂਕਿ ਪੁਲਿਸ ਵੀ ਹੁਣ ਪਹੁੰਚੀ ਆ ਜੀ ਤੁਹਾਡੇ? ਨਕੇਲ ਪਾਈ ਜਾਵੇ, ਸਿਕਿਉਰਟੀ ਕੀਤੀ ਜਾਵੇ ਇੱਥੇ ਇਲਾਕੇ ਇਲਾਕੇ ਸਾਰਿਆਂ ਦੀ, ਅਤੇ ਪਤਾ ਲੱਗੇ ਕੋਈ ਇੱਥੇ ਇੰਨਾ ਬਾਜ਼ਾਰ ਸ਼ਰਧਾਲੂ ਆ ਰਿਹਾ, ਸ਼ਰੇਆਮ ਲੁੱਟ ਖੋ ਹੋਈ ਹੈ ਇੱਥੇ, ਬਾਜ਼ਾਰ ਭਰਿਆ ਕਦੀ ਲੰਘਣ ਜਸਤਾ ਹੀ ਨਹੀਂ ਹੈਗਾ ਜੀ, ਅਤੇ ਫਿਰ ਵੀ ਬੰਦਾ ਭਾਜੇ ਤਾਂ ਵੱਖਰੀ ਗੱਲ ਜੀ, ਇੰਨੀ ਬਹਾਦਰੀ ਹੈ ਜੀ। ਮੈਂ ਤਾਂ ਕੈਮਰੇ ਚੈੱਕ ਕਰ ਰਿਹਾ ਜੀ, ਜੇ ਕੈਮਰੇ ਦੇ ਵਿੱਚ ਕੋਈ ਸਾਹਮਣੇ ਆਈ ਗੱਲ ਤਾਂ ਵੇਖਾਂਗੇ। ਤਾਂ ਕੈਮਰੇ ਦੇ ਵਿੱਚ ਕੋਈ ਨੌਜਵਾਨ ਦਿਖਾਈ ਦੇ ਰਿਹਾ ਜੀ? ਆ ਇੱਕ ਭੱਜਦਾ ਨੌਜਵਾਨ ਦਿਖਾਈ ਦੇ ਰਿਹਾ। ਤਾਂ ਕੀ ਕਿਹਾ ਗਿਆ ਦੁਕਾਨਦਾਰਾਂ ਦੇ ਵੱਲੋਂ ਤੁਹਾਨੂੰ? ਉਹ ਅਫਸਰਾਂ ਨਾਲ ਗੱਲ ਹੋਈ, ਮੇਰੇ ਨਾਲ ਨਹੀਂ ਹੋਈ। ਤਾਂ ਕਾਰਵਾਈ ਕੀਤੀ ਹੈਗੀ ਉਸ ਨੌਜਵਾਨ ਦੇ ਉੱਪਰ? ਬਿਲਕੁਲ ਬਿਲਕੁਲ ਬਿਲਕੁਲ।